ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ ਦੋਸਤੋ, ਹੋਰ ਕਿੱਦਾਂ ਜੀ ਸਾਰੇ? ਕਹਿੰਦਾ ਖੁਦ ਹੀ ਕੋ ਕਰ ਬੁਲੰਦ ਇਤਨਾ, ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਹਾਂਜੀ, ਜੋ CWT ਔਰਗਨਾਈਜੇਸ਼ਨ ਹੈ ਔਰ ਜੋ ਕਿ ਨੈਸ਼ਨਲ ਪ੍ਰੀਮੀਅਮ ਵੂਮੈਨ ਲੀਗ ਕਰਵਾ ਰਿਹਾ ਹੈ, NPWL 2018 ਜੋ ਕਿ ਚੰਡੀਗੜ੍ਹ ਮੇਂ 24 ਮਈ 2018 ਕੋ ਵੂਮੈਨ ਕੀ ਇੱਕ T20 ਮੈਚ ਹੋਣੇ ਜਾ ਰਿਹਾ ਹੈ, ਮੇਰੀ ਤਰਫ ਸੇ ਯਾਨੀ ਕਿ ਪਿੰਕੀ ਸੰਦੂਰ, ਪਿੰਕੀ ਮੋਗੇ ਵਾਲੀ ਕੀ ਤਰਫ ਸੇ ਆਪ ਲੋਕੋ ਕੋ ਬਹੁਤ ਬਹੁਤ ਮੁਬਾਰਕਬਾਦ। ਔਰ ਸਾਥ ਸਾਥ ਮੁਝੇ ਬਹੁਤ ਅੱਛਾ ਲੱਗ ਰਿਹਾ ਕਿ ਜੋ CWT ਔਰਗਨਾਈਜੇਸ਼ਨ ਹੈ ਉਹਨੇ ਇਤਨਾ ਬੜਾ ਉਪਰਾਲਾ ਸ਼ੁਰੂ ਕੀਆ ਹੈ ਕਿ ਵੂਮਨ ਕੋ ਆਗੇ ਲੈਣੇ ਕੇ ਲੀਏ, ਕਿ ਵੂਮਨ ਕੀ T20 ਮੈਚ ਹੋ ਰਿਹਾ ਹੈ ਕਿ ਜੋ ਬਹੁਤ ਅੱਛਾ ਹੈ, ਬਹੁਤ ਅੱਛੀ ਉਨਕੇ ਲੀਏ ਇੱਕ ਬਹੁਤ ਅੱਛਾ ਮੈਸੇਜ ਹੈ। ਤੋ ਰਾਈਟ ਨਾਓ ਵੀ ਦੋਸਤੋ ਮੈਂ ਕੈਨੇਡਾ ਮੇਂ ਦੀ ਪਿੱਛੇ ਆ ਬਰਫ਼ ਦੇਖ ਸਕਤੇ ਹੋ, ਬਹੁਤ ਠੰਡ ਵੀ ਹੈ। ਤੋ ਮੈਂ ਕਿਹਾ ਚਲੋ ਮੈਂ ਆਪ ਸਭ ਕੋ ਮੁਬਾਰਕਬਾਦ ਹੂੰ। ਤੋ CWT ਹੀ ਕੋਈ ਚੇਅਰਮੈਨ, ਵਾਈਸ ਚੇਅਰਮੈਨ ਕੋ ਵਿਕਰਮ ਗੋਰਜੀ ਜੀ ਕੋ ਤਰਫ ਸੇ ਬਹੁਤ ਬਹੁਤ ਮੁਬਾਰਕਬਾਦ ਹੋ, ਔਰ ਇਹ ਆਪਕੇ ਲੀਏ ਬਹੁਤ ਸਕਸੈਸਫੁਲ ਮਿਸ਼ਨ ਰਹੇ ਆਪਕਾ, ਵੂਮਨਸ ਕੋ ਆਗੇ ਲੈ ਕੇ ਜਾਣੇ ਕੇ ਲੀਏ। ਜੈਸੇ ਮੇਰੀ ਵੀ ਖੁਦ ਕੀ ਕੋਸ਼ਿਸ਼ ਰਹਿਤੀ ਹੈ ਐਜ਼ ਏ ਵੂਮਨ ਕਿ ਮੈਕਸੀਮਮ ਵੂਮਨ ਇੰਪਾਵਰਮੈਂਟ ਮੇਂ ਹੈਲਪ ਕੀ ਜਾਏ, ਔਰ ਜਿਤਨੀ ਵੂਮਨਸ ਕੋ ਯੇ ਬਹੁਤ ਅੱਛੀ ਸਪੋਰਟ ਮਿਲੇਗੀ ਜੋ ਲੜਕੀਆਂ ਆ ਰਹੀ ਹੈ T20 ਮੇਂ। ਤੋ ਜਲਦੀ ਆਪਕੋ ਮੈਂ ਉਧਰ ਮਿਲੂੰਗੀ। ਸੋ ਮੁਝੇ ਪਿੰਕੀ ਕੀ ਫੇਵਰੇਟ ਟੈਗਲਾਈਨ ਕਿ ਐਚ ਕਰ ਲੈਣ ਸੇ ਹਮੇਸ਼ਾ ਖੁਸ਼ ਰਹੋ, ਕਾਮਯਾਬ ਰਹੋ, ਬਾਦ ਰਹੋ ਦੋਸਤੋ। ਸੋ ਕੀਪ ਸਪੋਰਟਿੰਗ ਯੂਸ ਪਿੰਕੀ ਸੰਦੇਸ ਪਿੰਕੀ ਮੋਗੇ ਵਾਲੀ, ਔਰ ਕੀਪ ਸਪੋਰਟਿੰਗ ਐਚ ਕੇ ਆਰ, ਔਰ CWT ਟੀਮ ਕੋ ਮੇਰੀ ਤਰਫ ਸੇ ਇੱਕ ਵਾਰ ਦੁਬਾਰਾ ਸੇ ਮੁਬਾਰਕਬਾਦ ਹੋ, ਔਰ ਵੂਮਨ T20 ਆਪਕੇ ਲੀਏ ਬਹੁਤ ਹੀ ਸਕਸੈਸਫੁਲ ਮਿਸ਼ਨ ਰਹੇ। ਥੈਂਕ ਯੂ ਵੈਰੀ ਮਚ, ਬਾਏ।